ਹੁਣ ਮੂੰਹ ਕਰੇ ਬੰਦ ਕਰ ਲਿਆ ਹੋ ਗਈ ਹਾਂ ਚੰਗੀ ਤਰ੍ਹਾਂ ਮੈਂ ਸ਼ੀਸ਼ੇ ਮੂਹਰੇ ਖੜੀ ਅੱਗੇ ਨੂੰ ਹੋ ਥੋੜੀ ਜੀ ਦੇਖੀ ਹੁਣ ਦੇਖੀ ਚਮਤਕਾਰ ਹੋਣਾ ਇੱਕ ਥੋੜਾ ਹੋਰ ਅੱਗੇ ਨੂੰ ਚਮ ਕਿੱਦਾਂ ਵੇ ਕਰ ਦੂੰਗੀ ਹੁੰਦੀ ਵੀ ਤਾਂ ਮੈਂ ਕਿਹੜਾ ਦੱਸਣਾ ਅਸੀਂ ਸਾਰੇ ਤੇਰੇ ਲਈ ਦੁੱਖ ਸਹਿਣ ਕਰ ਸਕਦੇ ਆਹ ਦੇਖ ਲਓ ਜੇ ਇਹਦਾ ਸਹੀ ਆ ਬਸ ਆਰਾਮ ਨਾਲ ਬਹਿ ਕੇ ਖੜ ਕੇ ਦੇਖ ਆ ਗਿਆ ਮੇਰੇ ਮੌਤ ਦਾ ਤਮਾਸ਼ਾ ਦੇਖ ਲੈ ਹੁਣ ਥੋੜੀ ਜਿਹੀ ਆਪਾਂ ਹੋਰ ਡਿਜ਼ਾਈਨਿੰਗ ਵਿੱਚ ਐਡ ਕਰਨ ਲੱਗੇ ਆ ਪਹਿਲਾਂ ਆਪਣਾ ਸਿਰਫ ਕਰਾਉਣ ਦਾ ਸੀਗਾ ਤੇ ਹੁਣ ਮੈਂ ਕਿਹਾ ਚਲੋ ਜੇ ਥੋੜਾ ਬਹੁਤਾ ਵਧੀਆ ਲੱਗੂਗਾ ਤੇ ਕੋਈ ਇਦਾਂ ਦਾ ਕੰਮ ਸਿੱਖ ਲਾ ਤੁਸੀਂ ਅੱਜ ਤੋਂ ਸਿੱਖਿਆ ਨਾ ਤੇ ਤੋਂ ਆਇਆ ਹੁਣ ਸੀ हाँ जी सत श्री अकाल जी वेलकम बैक टू अवर चैनल मिस टाइम मिसिज स्टाइलिश तो जिदा मैं अज कल्ला स्टार्टिंग कर रहा तो समझ तो गए होवोंगे भी कुछ अलग होने वाला है ब्लॉग के बिच तो जिन्होंने इदा लग रहा सही लग रहा है अज मेरे कल्ले ब्लॉग बनाने का यह मसला आ कि जिदा कि तुहानू असीं कल वाले ब्लॉग के गल की एनीवर्सरी आ रही है सुने ही होना भी मैडम हुणां नूं शिकायत सी भी मैं कुछ स्पैशल नहीं कर रहा है ना भी एंगेजमेंट लंघ गई प्री वैडिंग भी लंघ गई हुण एनीवर्सरी आ तो मैं क्या चलो वहम दूर कर दईए उन्हों का भी तो अज हूँ मैं जा रहा हाँ टैटू बनवा सही सुनिया अज मैं जा रहा हाँ टैटू बनवा तो उत्थे जाके देखते हैं की हिसाब किताब आ अजे भी मेरे नाल जाऊगा अजय ने मैं फोन कर दिता आ आंदा ही होना तो मैं तो कठार पहुँच गया आ सो चलो फिर हूँ मैं जो अजय आ गया उस तो बाद कैरी ऑन करते हैं भी हुण अगे फिर इतों असीं कट्ठे नहीं आई होप तुहानू अज दा ब्लॉग बहुत ज़्यादा पसंद आऊगा आ गया अजे भी देखो आ देखो किदां रहा इहनूं हुणी कांबा छिड़ रहा देखो पूरा डाकू बनिया विया आ हाँ जी हाँ जी हाँ जी सत श्री अकाल जी तू तो छड्ड मी मार रहा दूरों ही सत श्री अकाल मैं कि इदां खड़ के बुला लैंदे आ जी अच्छा नाले छड़ के भी मारती खड़ के तो बुलाव चंगी तरह दर्शकों नु लाई दी सत श्री अकाल अच्छा अच्छा होर हां वधिया हां किदां आ गया बड़ी लेट हो गया लांबा ला दे एंगेजमेंट भी ऐसे निकल गई प्री वेडिंग भी ऐसे निकल गई अज एंगेजमेंट सच मैं एनीवर्सरी चलो अज झंडे कट दईए अपना टैटू करनगे मैं सोच रहा भी बनवा लवां यही पसंद आया मैनू हजे बाकी देखते हैं असं भाई लगे स्टार्ट करना लगा छापा लगा गवर्नमेंट इदां दा रूल वगैरा कड्डे साल दो साल लई विआह नजरां लाउण दा इहदा काम बस इहदी निगाह हुंदी इहनूं सगों पहलां पता हुंदा वी ਕਿਹੜੀ ਚੀਜ਼ ਆਉਣ ਵਾਲੀ ਅੰਗੇਜਮੈਂਟ ਆਉਣ ਵਾਲੀ ਪ੍ਰੀ ਵੈਡਿੰਗ ਜਾਂ ਕੀ ਆ ਹੁਣ ਆ ਟੈਟੂ ਬਣਵਾ ਕੇ ਹੁਣ ਕਹਿੰਦਾ ਮੈਂ ਪਾਰਟੀ 'ਚ ਲੈਣੀ ਆ ਲੈਣੀ ਆ ਫਿਰ ਮੈਂ ਉਹ ਹੀ ਕਹਿੰਦਾ ਵੀ ਤੂੰ ਵੀ ਕਰਾ ਮੈਂ ਵੀ ਕੁਛ ਤੈਨੂੰ ਵੀ ਲੈਣ ਲੋੜ ਵਾਲਾ ਬਣਾ ਤੂੰ ਵੀ ਬਣਾ ਲਾ ਵੀ ਟੈਟੂ ਟੂਟੂ ਆਇਆ ਤਾਂ ਹੈਗਾ ਹੀ ਆ ਮੈਂ ਨਹੀਂ ਬਣਾਉਣਾ ਪਤਾ ਦਰਦ ਪਤਾ ਕਿੰਨੀ ਹੁੰਦੀ ਆ ਕੀ ਦਰਦ ਹੁੰਦੀ ਇਹਦੇ ਵਿੱਚ ਸੂਈ ਗੁੱਬੀ ਦੇ ਵਿੱਚ ਤੂੰ ਇੱਕ ਸੂਈ ਨਹੀਂ ਅੰਦਰ ਆਪਣੇ ਚਬਾ ਸਕਦਾ ਤੂੰ ਪਿਆਰ ਗੱਲਾਂ ਪਿਆਰ ਦੀਆਂ ਕਰਦਾ अपने कुछ अलग जहा करा सो दैट्स व्हाई आई शुड टेक दिस एक्शन लग जाऊ पता चलो सुई गुड चलो देखते हैं
ਤੂੰ ਹੌਸਲਾ ਵਧਾਉਣਾ ਕਿ ਘਟਾਉਣਾ ਆ ਮੈਂ ਤਾਂ ਯਾਰ ਭਰਾ ਸਾਡੇ ਦਰਦ ਨਾ ਹੋਵੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਦੇਖ ਲਓ ਭਰਾ ਸਾਡੇ ਦਰਦ ਨਾ ਹੋਵੇ ਹਾਂਜੀ ਬਿਚ ਵਿੱਚ ਸਾਹ ਲੈ ਗਿਆ ਬਾਕੀ ਹੁਣ ਅਜੇ ਕਹਿ ਰਿਹਾ ਵੀ ਮੇਰਾ ਵੀ ਮਨ ਬਣ ਰਿਹਾ ਥੋੜਾ ਮੈਂ ਵੀ ਕਰਾ ਨਹੀਂ ਮੇਰਾ ਨਹੀਂ ਹਲੇ ਬਣਿਆ ਕਿੱਦਾਂ ਵੀ ਕਰ ਦੂੰਗੀ ਹੁੰਦੀ ਵੀ ਤਾਂ ਮੈਂ ਕਿਹੜਾ ਦੱਸਣਾ ਐਸੀ ਤਾਂ ਇਹੀ ਦਿਖਾਉਣਾ ਨਾ ਵੀ ਅਸੀਂ ਸਾਰੇ ਤੇਰੇ ਲਈ ਦੁੱਖ ਸਹਿਣ ਕਰ ਸਕਦੇ ਹਾਂ ਧਿਆਨ ਸਿੰਘ ਜੀ ਕਹਿ ਰਿਹਾ ਮੈਂ ਕਹਿੰਦਾ ਅਜੇ ਮੈਂ ਕਹਿੰਦਾ ਅੱਜ ਲਈ ਬਹੁਤ ਆ ਇੰਨਾ ਕੀ ਨੀਤਾ ਦੇਖ ਲੋ ਜੇ ਇਹਦਾ ਸਹੀ ਆ ਬਸ ਆਰਾਮ ਨਾਲ ਬਹਿ ਕੇ ਖੜ ਕੇ ਦੇਖ ਆ ਗਿਆ ਮੇਰੇ ਮੌਤ ਕਾ ਤਮਾਸ਼ਾ ਦੇਖ ਲੈ ਦੇਖੋ ਤਾਂ ਕੋਈ ਏਦਾਂ ਦਾ ਕੰਮ ਸਿੱਖ ਲਾ ਤੁਸੀਂ ਅੱਜ ਤੂੰ ਸਿੱਖਿਆ ਨਾ ਤੇਰੇ ਤੋਂ ਆਇਆ ਹੋਣਾ ਸੀ ਮੈਂ ਮੈਂ ਗੱਡੀ ਚਲਾ ਕੇ ਆਇਆ ਪਰ ਗੁੜੀ ਪੂਰਾ ਕਰਕੇ ਆਇਆ ਕੋਈ ਜਾਈ ਦਾ ਕੰਮ ਨਾ ਕਰੇ ਉਹ ਕਿੱਦਾਂ ਲੱਗ ਰਿਹਾ ਅੱਧਾ ਹੋ ਗਿਆ ਲੀਨ ਹੋ ਗਿਆ ਇਕੱਲਾ ਕਹਿੰਦੇ ਮੁੰਡਾ ਵੀ ਲੀਨ ਹੋ ਗਿਆ ਕਹਿੰਦੇ ਦੇਖੋ ਤਾਂ ਇਹ ਵੀ ਦੇਣਾ ਹੋਗਾ ਇੱਦਾਂ ਤੂੰ ਇੱਥੇ ਬੈਠਾ ਹੋਗਾ ਮੈਂ ਇੱਦਾਂ ਕਰਾਂਗਾ ਨਾ ਮੈਂ ਬਣਾਉਣਾ ਨਹੀਂ ਬਣਾ ਕੇ ਸਹੀ ਆ ਛਾਤੀ ਸੁੰਨ ਕਰਕੇ ਦੁੱਖ ਸਹਿ ਲੈਣਾ ਹੁਣ ਤੁਸੀਂ ਵੀ ਸਾਰੇ ਜਣੇ ਦੇਖ ਲਓ ਮੈਂ ਕੀ ਕੁਛ ਕਰ ਰਿਹਾ ਤੇ ਆਪਣੀ ਵਾਰੀ ਮੁੱਕਰ ਜਾਂਦੀ ਆ ਉਹ ਸਿੰਗਰ ਆ ਨਾ ਉੱਤੇ ਉਹ ਜਿਹੜਾ ਉਹ ਭਾਜੀ ਉਹ ਫੋਟੋ ਜਿਹੀ ਨਹੀਂ ਲੱਗੀ ਆ ਆਪਣੇ ਵੀ ਬਣਾਇਆ ਬਣਾਉਂਦੇ ਆ ਦੂਜਿਆਂ ਦੇ ਬਣਿਆ ਮੇਰੇ ਵਾਲ ਟਾਰਗੇਟ ਕਰਕੇ ਭਾਜੀ ਨੂੰ ਪੁੱਛਿਆ ਕਹਿੰਦਾ ਰਿਮੂਵ ਵੀ ਕਰ ਦਿੰਦੇ ਟੈਟੂ ਮੈਂ ਕਿਹਾ ਪਤਾ ਕੋਈ ਨੀ ਕਾਜ ਲਾਗੇ ਹੁਣ ਤਾਂ ਬਣ ਗਿਆ ਜੋ ਬਣਨਾ ਸੀਗਾ ਹੁਣ ਤਾਂ ਜੇ ਹੁਣ ਤਾਂ ਉਹ ਗੱਲ ਵੱਖਰੀ ਉਹ ਤਾਂ ਜੇ ਹੁਣ ਬੇਅੰਤ ਕੌਰ ਨਿਕਲੀ ਉਹ ਗੱਲ ਵੱਖਰੀ ਕੋਈ ਨੀ ਲੱਗ ਜੂ ਪਤਾ ਬੇਅੰਤ ਕੌਰ ਦਾ ਅਸੀਂ ਤਾਂ ਬਣਾ ਲਿਆ ਬਈ ਦੇਖ ਬਈ ਅਜੇ ਕਰ ਚੈੱਕ ਸਹੀ ਹੈ ਤੂੰ ਵੀ ਲਿਖਾ ਲਾ ਸਾਰਾ ਮੈਂ ਆਪਣੀ ਘਰ ਵਾਲੀ ਲਿਖਾਉਂਦਾ ਤੂੰ ਮੇਰਾ ਲਿਖਾ ਨਾ ਸਾਡੀ ਯਾਰੀ ਦੇਖਦਾ ਤੂੰ ਸਮੇਂ ਤੋਂ ਉੱਤੇ ਉਹ ਵੀ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਇੱਕ ਭਾਜੀ ਮੈਂ ਕਹਿੰਦਾ ਉੱਤੇ ਜਿੱਦਾਂ ਹੁਣ ਕਰਾਉਣ ਇੱਦਾਂ ਕਰ ਲਿਆ ਹਨਾ ਤੇ ਥੱਲੇ ਕੋਈ ਹੋਰ ਡਿਜ਼ਾਈਨ ਵਗੈਰਾ ਇੱਦਾਂ ਲਾਈਨ ਜੀ ਹੋ ਗਈ ਸਿੱਧੀ ਇੱਦਾਂ ਹਨਾ ਪਹਿਲਾਂ ਕੱਚਾ ਪੱਕਾ ਜਿਹਾ ਛਾਪ ਦੋ ਫਿਰ ਦੇਖ ਲੈਂਦੇ ਹਾਂਜੀ ਸੋ ਹੁਣ ਹਾਫ ਟੈਟੂ ਆਪਣਾ ਰੈਡੀ ਹੋ ਗਿਆ ਹੈ ਠੀਕ ਹੈ ਅਤੇ ਥੋੜ੍ਹਾ ਜਿਹਾ ਹੁਣ ਰਹਿ ਗਿਆ ਅਤੇ ਬਾਕੀ ਹੁਣ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਰੈਸਟ ਕਰ ਲਈਏ ਅਤੇ ਆਹ ਹੁਣ ਕਰਾਊਨ ਬਣੂਗਾ ਆਹ
पुट्ठा दी नहीं हजे छापिया ही इदा आ, बाकी जो बिच कलरिंग वगैरह हो गई फिर थोड़ा सही लगना है। तो बाकी साढ़े नाल अजे है फालतू गल थोड़े टाइम तक फिर दोबारा इन्हों कैमरा फड़ाया जाऊगा। देखो लैंडर से जरा तीन जन गाँव है सुख करोड़ आप ही गाँवी है ना स्टूडियो आप प्रिंस आ भी कोई स्टार ही है पर ना नहीं पता इस स्टार तक होना ही पा तो मेरे वाल भी कैमरा मार भी है एक स्टार तो तेरे मोह ही है मतलब पक्का नहीं हैगा अजे ते जे सही लगा तो फिर करांगे तेरा काम मैं करदा क्राउन दी स्टार्टिंग हो गई है जिन्ने क मैं इहनूं लैना समझा के लिया सी इहने बोलतियां इहनूं तां जो पहला क्राउन बनवा लें फिर बाकी तो देखते हैं जो थले लाइना नहीं सही लगूगी मतलब जो क्राउन ज्यादा वादिया लगेगा फिर रह देवे लाइन हाँ जी जिद तुम कहता दस नहीं होंगी नहीं सही है बहुत है जिन्हें बनाना मैं रेकमेंड करूंगा आओ बनाओ कोई दस कि लग रहा बहुत वादिया लग रहा है जो सूई बीजे फट दी थोड़ा थोड़ा जो मूह बनता इधर बाकी मेरा पोता देखूगा अगे हो गया कि मन बनया टैटू बना इतने कहना कठार गया ये तो वादू एक्टिविटी अस कर रहे हम अभी अज तो चार चार पाँच साल बाद अपने ब्लॉग देखा विह तो मैं महीने च दो दो तीन तीन ब्लॉग तो पाए आ विह तो बाद ब्लॉग देख के बंद याद आ जाता मैं हाँ उदो कि गया इदा इदा से उदा जो तो कहूँगा मैं याद रख लूँगा वो नहीं तू रख सकता नहीं घर नहीं पता किसी को सरप्राइज सरप्राइज झग ही पाए इन्ना कद काला सही करना मैं कहना कैंसल ही कर दी है लाइन वाला फिर सही है ना बाकी मैं तुम्हें सही गल दसा इन्ना घबराने वाला कोई मसला है नहीं अजे कहता पे सही है आप हम लाइना वाला काम कैंसल कर दिता उपर करा लैन देना है सही है हूँ तो जो है सही है घंटे बाद जी सो लगा हूँ करिश्मा हूँ तेरे मूहे जो एक घंटे का चल रहा है लो दस्यो की रिस्पोंस आ कमेंटा दे विच मैं सारे जाने वो लाइना कैंसल आ हाँ जी सो हम अपना टैटू डाना तो बहर आ गए आप क्योंकि होर ज़्यादा बाकी शूट नहीं कर होया टैटू तो मुक्यो तो क्योंकि होर नैक्सट अपॉइंटमेंट बथेरिया सगिया तो इस करके असं हूँ बहर आ गए नाल ही एवं लुकी कदों जाना मैं कैमरा खोलिया साइड नहीं हुई जाता आने बेचन बड़ी जाना हूँ मैं कहता था तो हजे ब्लीडिंग वगैरह हो रही है थोड़ी बहुती ते पर हो जाना सैट कोई नहीं बाकी हुण तुसी रेडी हो जाओ अगले पार्ट लई क्योंकि अगले पार्ट दे विच हुण घर जाके किसी नूं सरप्राइज मिल रहा भी बहुत तकड़ा जिहा ते हुण असीं अजे नूं आपां इत्थे ही छड्ड जाणा आ कितें किन्ना कु टाइम इहनूं नाल नाल रखांगे चलो घर अंदर ते सारा काम कुम करा के चल घर ते बाकी तुसीं इदां दे तड़ाकेदार फड़ाकेदार ब्लॉग देखण लई सबसक्राइब कर लिओ
YouTube चैनल मिस्टर मिसेस स्टाइलिश। हाँ जी स्टाइलिश। ओके बाय बाय।